हेलो फ्रेंड्स, वेलकम टू आवर चैनल वेज विलेज फूड फैक्ट्री। दिवाली के इस शुभ मौके पर अभी तुम्हें मिठे की रेसिपी दसन जा रहे हैं। साड़ी अज की रेसिपी है गुलाब जामुन। हुण असीं शुरू करते हैं इनग्रीडियंट्स के नाल। सब तो पहला असीं लेने चार ब्रैड, फिर असीं लेना इलायची पाउडर, ते एक कप मिल्क, ते एक कप चीनी, ते किशमिश हो गए, ते आलमंड्स ऑयल लिता दे असीं, ते डेढ़ कप पानी। गुलाब जामुन की रेसिपी शुरू करन जा रहे हैं। सब तो पहला असी चाशनी तैयार करनी है। चाशनी तैयार करने लिए असी लवेंगे एक पैन, तो सब तो पहला पैन रखांगे, तो इस दे विच असी ऐड करांगे डेढ़ कप पानी। ये हो गया साडा डेढ़ कप पानी, तो उस तो बाद इस दे विच ऐड करांगे एक कप चीनी। हुण इहनूं थोड़ी देर तक बॉयल करांगे। इस दे विच ऐड करना सी इलायची पाउडर। हुण थोड़ी देर तक यह बॉयल होएगा, इतनी बॉयल हो रही है तो थोड़े टाइम तक यह रेडी हो जाएगी। तो हुण असीं अगे चलते हैं। तो नैक्सट हुण असीं लवांगे ब्रैड, तो ब्रैड दीआं जिहड़ीआं साइड्स आ उहनूं असीं कट देना। जिहड़ियां ब्राउन साइड्स है ये असीं कट देंगे, तो इन्हां नूं साइड ते कर लेंगे। तो हुण ब्रैड नूं छोटे छोटे क्यूब्स दे विच कट लेंगे। ब्रैड असीं फ्रैश ब्रैड नहीं लैना हैगा, एक एक दो दिन पुराना ब्रैड होवे तां वधिया बनेगा गुलाब जामुन। तो यह असीं कट ले क्यूब, क्यूब के विच कट लिया। हुण इहनूं असीं मैश करांगे। जे तुसीं चाहो तां इहनूं ग्राइंड भी कर सकदे हो। हुण इहनूं चंगी तरह मैश कर लेना। सब तो पहलां इहदे विच ऐड करदे हां 5 चम्मच मिल्क, दुध ऐड करना 5 चम्मच। ਪਹਿਲਾਂ ਹੁਣ ਇਹਨੂੰ 5 ਚਮਚ ਦੁੱਧ ਪਾ ਕੇ ਮਿਕਸ ਕਰ ਲੈਣਾ। ਉਸ ਤੋਂ ਬਾਅਦ ਹੌਲੀ ਹੌਲੀ ਫਿਰ ਐਡ ਕਰਨਾ। ਚੰਗੀ ਤਰ੍ਹਾਂ ਗੁੰਨ ਲੈਣਾ। ਥੋੜ੍ਹਾ ਜਿਹਾ ਦੁੱਧ ਹੋਰ ਐਡ ਕਰਾਂਗੇ। ਹੌਲੀ ਹੌਲੀ ਮਿਕਸ ਕਰਨਾ ਇਹਦੇ ਵਿੱਚ, ਅਤੇ ਇਹਨੂੰ ਨਰਮ ਗੁੰਨਣਾ। ਹੁਣ ਅਸੀਂ ਇਹਨੂੰ ਮਿਕਸ ਕਰ ਰਹੇ ਹਾਂ ਚੰਗੀ ਤਰ੍ਹਾਂ, ਅਤੇ ਇਹਦੇ ਵਿੱਚ ਹੌਲੀ ਹੌਲੀ ਮਿਲਕ ਐਡ ਕਰਦੇ ਜਾਵਾਂਗੇ। ਇੱਕ ਇੱਕ ਚਮਚ ਐਡ ਕਰਨਾ ਅਸੀਂ। ਇਹਨੂੰ ਆਟੇ ਦੀ ਤਰ੍ਹਾਂ ਸੌਫਟ ਗੁੰਨ ਲੈਣਾ ਅਸੀਂ। ਜੇ ਇਹ ਜ਼ਿਆਦਾ ਤੁਹਾਨੂੰ ਪਤਲਾ ਲੱਗੇ ਤਾਂ ਇਹਦੇ ਵਿੱਚ ਬ੍ਰੈਡ ਵੀ ਐਡ ਕਰ ਸਕਦੇ ਹਾਂ ਹੋਰ। ਇਹ ਸਾਡਾ ਮਿਕਸਚਰ ਹੈ ਜਿਹੜਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ, ਅਤੇ ਇਹਨੂੰ ਅਸੀਂ ਹੁਣ ਆਟੇ ਦੇ ਨਾਲ ਗੁੰਨ ਲਿਆ। ਹੁਣ ਇਹਨੂੰ ਇੱਕ ਵੱਡੇ ਜਿਹੇ ਪੇੜੇ ਦੀ ਤਰ੍ਹਾਂ ਬਣਾ ਲਾਂਗੇ। ਇਹਨੂੰ ਚੰਗੀ ਤਰ੍ਹਾਂ ਦਬਾ ਕੇ ਕਰਨਾ ਤਾਂ ਕਿ ਇਹਦੇ ਵਿੱਚ ਕੋਈ ਜਿਹੜੀਆਂ ਲਾਈਨਸ ਨੇ ਉਹ ਨਾ ਰਹਿਣ। ਇਹਨੂੰ ਅਸੀਂ ਗੋਲ ਗੋਲ ਬਣਾ ਲੈਣਾ। ਹੁਣ ਇਹਨੂੰ ਅਸੀਂ ਰੋਲ ਕਰ ਲੈਣਾ। ਇਹ ਸਾਡਾ ਰੋਲ ਹੋ ਚੁੱਕਿਆ।
ਇਹਨੂੰ ਛੋਟੀ ਛੋਟੀਆਂ ਬਾਲਸ ਦੇ ਵਿੱਚ ਬਣਾ ਲੈਣਾ। ਪਹਿਲਾਂ ਇਹਨੂੰ ਤੋੜ ਕੇ ਰੱਖ ਲੈਂਦੇ ਹਾਂ ਅਸੀਂ, ਹੁਣ ਇਹਦੀਆਂ ਬਾਲਸ ਬਣਾ ਲਾਂਗੇ। ਜਿਹੜੀਆਂ ਅਸੀਂ ਬੋਲਸ ਰੈਡੀ ਕੀਤੀਆਂ ਸੀ, ਹੁਣ ਉਹਨਾਂ ਨੂੰ ਫਰਾਈ ਕਰਨ ਲਈ ਅਸੀਂ ਇੱਕ ਪੈਨ ਲੈਂਦੇ ਹਾਂ। ਪੈਨ ਨੂੰ ਗਰਮ ਕਰਦੇ ਹਾਂ, ਉਸਦੇ ਵਿੱਚ ਘੀ ਐਡ ਕਰਦੇ ਹਾਂ। ਅਸੀਂ ਘੀ ਪਾਤਾ ਇਹਦੇ ਵਿੱਚ, ਹੁਣ ਥੋੜ੍ਹਾ ਗਰਮ ਹੋਏਗਾ, ਫਿਰ ਇਹਦੇ ਵਿੱਚ ਬੋਲਸ ਪਾਉਣੀਆਂ ਨੇ, ਬਣਾ ਲੈਣਾ। ਪਹਿਲਾਂ ਇਹਨੂੰ ਤੋੜ ਕੇ ਰੱਖ ਲੈਂਦੇ ਹਾਂ ਅਸੀਂ, ਹੁਣ ਇਹਦੀਆਂ ਬਾਲਸ ਬਣਾ ਲਾਂਗੇ। ਜਿਹੜੀਆਂ ਅਸੀਂ ਬਾਲਸ ਰੈਡੀ ਕੀਤੀਆਂ ਸੀ, ਹੁਣ ਉਹਨਾਂ ਨੂੰ ਫਰਾਈ ਕਰਨ ਲਈ ਅਸੀਂ ਇੱਕ ਪੈਨ ਲੈਂਦੇ ਹਾਂ। ਪੈਨ ਨੂੰ ਗਰਮ ਕਰਦੇ ਹਾਂ, ਉਸਦੇ ਵਿੱਚ ਘੀ ਐਡ ਕਰਦੇ ਹਾਂ। ਅਸੀਂ ਘੀ ਪਾਤਾ ਇਹਦੇ ਵਿੱਚ, ਹੁਣ ਥੋੜ੍ਹਾ ਗਰਮ ਹੋਏਗਾ, ਫਿਰ ਇਹਦੇ ਵਿੱਚ ਬਾਲਸ ਪਾਉਣੀਆਂ ਨੇ। ਗੈਸ ਨੂੰ ਘੱਟ ਫਲੇਮ ਤੇ ਰੱਖਣਾ, ਤੇਲ ਨੂੰ ਹਲਕਾ ਜਿਹਾ ਗਰਮ ਕਰਨਾ। ਅਸੀਂ ਤੇਲ ਸਾਡਾ ਗਰਮ ਹੋ ਚੁੱਕਿਆ, ਹੁਣ ਅਸੀਂ ਇਹਦੇ ਵਿੱਚ ਬੋਲਸ ਐਡ ਕਰਦੇ ਹਾਂ ਹੌਲੀ ਹੌਲੀ। ਗੈਸ ਨੂੰ ਸਲੋ ਰੱਖਣਾ ਹੈ, ਜ਼ਿਆਦਾ ਤੇਜ਼ ਨਹੀਂ ਕਰਨਾ। ਹੌਲੀ ਹੌਲੀ ਬੋਲਸ ਨੂੰ ਹਿਲਾਉਣਾ, ਗੈਸ ਦਾ ਫਲੇਮ ਲੋ ਰੱਖਣਾ ਤਾਂ ਕਿ ਜਿਹੜੀਆਂ ਬੋਲਸ ਆ ਅੰਦਰੋਂ ਦੀ ਚੰਗੀ ਤਰ੍ਹਾਂ ਪੱਕ ਜਾਣ। ਇਸ ਤਰ੍ਹਾਂ ਇਹਨਾਂ ਨੂੰ ਹਿਲਾਉਂਦੇ ਰਹਿਣਾ ਤਾਂ ਕਿ ਅੰਦਰੋਂ ਦੀ ਚੰਗੀ ਤਰ੍ਹਾਂ ਪੱਕ ਜਾਣ, ਕੱਚੇ ਨਾ ਰਹਿਣ। ਤੇ ਇਹਨੂੰ ਆਪਣੇ ਜੋ ਦੋ ਤੁਹਾਨੂੰ ਕਲਰ ਪਸੰਦ ਆ ਉਹਦੇ ਅਕੋਰਡਿੰਗ ਤੁਸੀਂ ਇਹਨੂੰ ਫਰਾਈ ਕਰਨਾ। ਜੇ ਲਾਈਟ ਪਸੰਦ ਆ ਤਾਂ ਘੱਟ ਫਰਾਈ ਕਰਨਾ, ਜੇ ਡਾਰਕ ਹੈ ਤਾਂ ਜ਼ਿਆਦਾ ਦੇਰ ਫਰਾਈ ਕਰਨਾ। ਗੁਲਾਬ ਜਾਮੁਨਾਂ ਦਾ ਕਲਰ ਆ ਚੁੱਕਿਆ, ਹੁਣ ਦੇਖੋ ਸਾਡੀਆਂ ਗੁਲਾਬ ਜਾਮੁਨ ਰੈਡੀ ਹੋ ਚੁੱਕੀਆਂ ਨੇ, ਚੰਗੀ ਤਰ੍ਹਾਂ ਫਰਾਈ ਹੋ ਚੁੱਕੀਆਂ ਨੇ। ਇਹਨਾਂ ਨੂੰ ਅਸੀਂ ਹੁਣ ਚਾਸ਼ਨੀ ਦੇ ਵਿੱਚ ਪਾਵਾਂਗੇ। ਇਹਨਾਂ ਨੂੰ ਹੌਲੀ ਹੌਲੀ ਚਾਸ਼ਨੀ ਦੇ ਵਿੱਚ ਪਾਉਣਾ। ਜਿਹੜੇ ਗੁਲਾਬ ਜਾਮੁਨ ਨੂੰ ਅਸੀਂ ਚਾਸ਼ਨੀ ਦੇ ਵਿੱਚ ਪਾਇਆ, ਉਹਨੂੰ ਥੋੜ੍ਹੇ ਸੇਕ ਦੇ ਉੱਤੇ ਪਕਾਵਾਂਗੇ। ਇਹਨੂੰ ਥੋੜ੍ਹੀ ਦੇਰ ਲਈ ਢੱਕ ਕੇ ਰੱਖ ਦਾਂਗੇ। ਅੱਧੇ ਘੰਟੇ ਲਈ ਇਹਨੂੰ ਅਸੀਂ ਢੱਕ ਕੇ ਰੱਖ ਦੇਣਾ। ਹੌਲੀ ਹੌਲੀ ਬੋਲਸ ਨੂੰ ਹਿਲਾਉਣਾ, ਗੈਸ ਦਾ ਫਲੇਮ ਲੋ ਰੱਖਣਾ ਤਾਂ ਕਿ ਜਿਹੜੀਆਂ ਬੋਲਸ ਆ ਅੰਦਰੋਂ ਦੀ ਚੰਗੀ ਤਰ੍ਹਾਂ ਪੱਕ ਜਾਣ। ਇਸ ਤਰ੍ਹਾਂ ਇਹਨਾਂ ਨੂੰ ਹਿਲਾਉਂਦੇ ਰਹਿਣਾ ਤਾਂ ਕਿ ਅੰਦਰੋਂ ਦੀ ਚੰਗੀ ਤਰ੍ਹਾਂ ਪੱਕ ਜਾਣ, ਕੱਚੇ ਨਾ ਰਹਿਣ। ਤੇ ਇਹਨੂੰ ਆਪਣੇ ਜੋ ਦੋ ਤੁਹਾਨੂੰ ਕਲਰ ਪਸੰਦ ਆ ਉਹਦੇ ਅਕੋਰਡਿੰਗ ਤੁਸੀਂ ਇਹਨੂੰ ਫਰਾਈ ਕਰਨਾ। ਜੇ ਲਾਈਟ ਪਸੰਦ ਆ ਤਾਂ ਘੱਟ ਫਰਾਈ ਕਰਨਾ, ਜੇ ਡਾਰਕ ਹੈ ਤਾਂ ਜ਼ਿਆਦਾ ਦੇਰ ਫਰਾਈ ਕਰਨਾ। ਗੁਲਾਬ ਜਾਮੁਨਾਂ ਦਾ ਕਲਰ ਆ ਚੁੱਕਿਆ, ਹੁਣ ਦੇਖੋ ਸਾਡੀਆਂ ਗੁਲਾਬ ਜਾਮੁਨ ਰੈਡੀ ਹੋ ਚੁੱਕੀਆਂ ਨੇ, ਚੰਗੀ ਤਰ੍ਹਾਂ ਫਰਾਈ ਹੋ ਚੁੱਕੀਆਂ ਨੇ। ਇਹਨਾਂ ਨੂੰ ਅਸੀਂ ਹੁਣ ਚਾਸ਼ਨੀ ਦੇ ਵਿੱਚ ਪਾਵਾਂਗੇ। ਇਹਨਾਂ ਨੂੰ ਹੌਲੀ ਹੌਲੀ ਚਾਸ਼ਨੀ ਦੇ ਵਿੱਚ ਪਾਉਣਾ।
ਜਿਹੜੇ ਗੁਲਾਬ ਜਾਮਣ ਨੂੰ ਅਸੀਂ ਚਾਸ਼ਨੀ ਦੇ ਵਿੱਚ ਪਾਇਆ ਉਹਨੂੰ ਥੋੜ੍ਹੇ ਸੇਕ ਦੇ ਉੱਤੇ ਪਕਾਵਾਂਗੇ। ਇਹਨੂੰ ਥੋੜ੍ਹੀ ਦੇਰ ਲਈ ਢੱਕ ਕੇ ਰੱਖ ਦਾਂਗੇ। ਅੱਧੇ ਘੰਟੇ ਲਈ ਇਹਨੂੰ ਅਸੀਂ ਢੱਕ ਕੇ ਰੱਖ ਦੇਣਾ। ਹੁਣ 30 ਮਿੰਟ ਬਾਅਦ ਅਸੀਂ ਚੈੱਕ ਕਰਦੇ ਹਾਂ ਕਿ ਸਾਡੇ ਗੁਲਾਬ ਜਾਮੁਨ ਰੈਡੀ ਹੋ ਚੁੱਕੇ ਹਨ। ਦੇਖੋ ਸਾਡੇ ਗੁਲਾਬ ਜਾਮੁਨ ਬਿਲਕੁਲ ਰੈਡੀ ਨੇ। ਹੁਣ ਇਹਨਾਂ ਨੂੰ ਅਸੀਂ ਗਾਰਨਿਸ਼ਿੰਗ ਲਈ ਇੱਕ ਬਾਊਲ ਵਿੱਚ ਕੱਢ ਲੈਂਦੇ ਹਾਂ। ਗੁਲਾਬ ਜਾਮੁਨ ਸਾਡੇ ਬਿਲਕੁਲ ਰੈਡੀ ਨੇ। ਹੁਣ ਇਹਨਾਂ ਨੂੰ ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਗਾਰਨਿਸ਼ਿੰਗ ਕਰ ਸਕਦੇ ਹੋ। ਅਸੀਂ ਲਿੱਤੇ ਨੇ ਬਦਾਮ ਕੱਟੇ ਹੋਏ ਲੰਬੇ ਲੰਬੇ, ਅਤੇ ਅਗਰ ਤੁਸੀਂ ਚਾਹੋ ਤਾਂ ਇਹਨਾਂ ਨੂੰ ਠੰਡਾ ਕਰਕੇ ਵੀ ਗੁਲਾਬ ਜਾਮੁਨ ਨੂੰ ਖਾ ਸਕਦੇ ਹੋ, ਗਰਮ ਵੀ। ਖੁਸ਼ਬੂ ਤਾਂ ਬਹੁਤ ਵਧੀਆ ਆ ਰਹੀ ਹੈ, ਖਾਣ 'ਚ ਵੀ ਬਹੁਤ ਟੇਸਟੀ ਨੇ। ਇਹ ਸੀ ਸਾਡੀ ਅੱਜ ਦੀ ਗੁਲਾਬ ਜਾਮੁਨ ਦੀ ਰੈਸਿਪੀ। ਜੇ ਤੁਹਾਨੂੰ ਪਸੰਦ ਆਈ ਹੋਵੇ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ